हेलो जी, सत श्री अकाल जी सारिआं नूं। मैं आ गुरमीत कौर पिंड हेलो जी सत श्री अकाल जी सारिआं नूं। मैं आ गुरमीत कौर पंजाबी कॉर्नर दे तुहाडा स्वागत है। होर सुनाओ जी, की हाल चाल है? मैनूं पूरी उम्मीद है वी तुसीं सारे वधिया होवोंगे, ठीक ठाक होवोंगे। लो जी, अज्ज आपां तुहानूं होर सोहणे सोहणे सूट रंग ते डिजाइन विखाउणे आ। ਅਤੇ ਜਿਹੜੇ ਵੀ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਹੋਏ ਤੁਸੀਂ ਸਕਰੀਨਸ਼ੋਟ ਲੈ ਕੇ ਜੀ ਵਟਸਐਪ 'ਤੇ ਔਡਰ ਮੈਨੂੰ ਕਰ ਸਕਦੇ ਹੋ। ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੇ ਮਸ਼ੀਨ ਵਰਕ ਦੇ ਸੂਟ ਵਿਖਾਵਾਂਗੇ। ਅਤੇ ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰ ਦਿਆਂਗੇ। ਅਤੇ ਜਿਹੜਾ ਵੀ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੋਇਆ ਜੀ, ਸਕਰੀਨ ਦੇ ਉੱਪਰ ਮੇਰਾ ਤੁਹਾਨੂੰ ਵਟਸਐਪ ਨੰਬਰ ਦਿਖਾਈ ਦਿੰਦਾ, ਤੁਸੀਂ ਸਕਰੀਨਸ਼ੋਟ ਲੈ ਕੇ ਵਟਸਐਪ 'ਤੇ ਮੈਨੂੰ ਤੁਸੀਂ ਔਡਰ ਦੇ ਸਕਦੇ ਹੋਗੇ। ਅਤੇ ਅਸੀਂ ਔਨਲਾਈਨ ਹੀ ਪੇਮੈਂਟ ਲਵਾਂਗੇ ਅਤੇ ਔਨਲਾਈਨ ਹੀ ਤੁਹਾਡੇ ਘਰ ਤੱਕ ਇਹ ਸੂਟ ਨੇ ਜਿਹੜੇ ਪਹੁੰਚਦੇ ਕਰਾਂਗੇ। ਅਤੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਡਿਜ਼ਾਇਨ ਨੇ ਫੁੱਲ ਪਿੱਕ ਹੈਗੀ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲ ਜੂਗੀ। ਇੰਸਟਾਗ੍ਰਾਮ ਦਾ ਜਿਹੜਾ ਲਿੰਕ ਹੈ ਜੀ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ, jivanda.gurmeet ਮੇਰੀ ਇੰਸਟਾਗ੍ਰਾਮ ਦੀ ਆਈ ਡੀ ਹੈ, ਤੁਸੀਂ ਸਰਚ ਕਰਕੇ ਵੀ ਜਾ ਸਕਦੇ ਹੋ। ਚਲੋ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਅਤੇ ਕਮੈਂਟ ਜ਼ਰੂਰ ਕਰਿਓ ਵੀ ਸਾਡੇ ਡਿਜ਼ਾਇਨ ਨੇ ਜਿਹੜੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ। ਤੁਸੀਂ ਸਾਡੇ ਤੋਂ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਕੋਈ ਗੱਲ ਨਹੀਂ ਹੈ, ਤੁਸੀਂ ਖੁਦ ਆਪ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਬਹੁਤ ਵਧੀਆ ਗੱਲ ਹੈ, ਤੁਹਾਨੂੰ ਇੱਕ ਆਈਡੀਆ ਮਿਲ ਜੂਗਾ ਵੀ ਕਿਹੜਾ ਦੁਪੱਟਾ ਲੱਗਿਆ, ਕਿਹੜਾ ਫੈਬਰਿਕ ਲੱਗਿਆ ਗਾ ਅਤੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੰਮ ਹੈ ਜਿਹੜਾ ਕਰਵਾ ਸਕਦੇ ਹੋ। ਚਲੋ ਜੀ, ਆਪਾਂ ਤੁਹਾਨੂੰ ਸੂਟ ਵਿਖਾਉਣੇ ਸ਼ੁਰੂ ਕਰਦੇ ਹਾਂ। ਲਓ ਜੀ, ਇਹ ਹੈਗਾ ਆਪਣਾ ਸਭ ਤੋਂ ਪਹਿਲਾ ਸੂਟ, ਜੋ ਕਿ ਬਿਲਕੁਲ ਬਰੀਕ ਪ੍ਰਿੰਟ ਦੇ ਉੱਪਰ ਬਣਿਆ ਹੋਇਆ ਕੋਟਨ ਦਾ ਸੂਟ ਹੈ। ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਹੈਗਾ ਅਤੇ ਇੱਕ ਇੱਧਰ ਚਾਕਾਂ 'ਤੇ ਕਢਾਈ ਕਰੀ ਹੋਈ ਹੈ ਸਾਈਡ 'ਤੇ, ਇਸ ਤਰ੍ਹਾਂ ਦਾ ਇਹਦੇ ਉੱਪਰ ਵਰਕ ਕਰਿਆ ਹੋਇਆ ਅਤੇ ਉਹ ਸੈਂਟਰ ਪੈਨਲ ਜਾਂਦੇ ਨੇ। ਅਤੇ ਇਹਦਾ ਜਿਹੜਾ ਗਲਾ ਹੈਗਾ ਜੀ ਉਹ ਰਾਊਂਡ ਹੈਗਾ, ਰਾਊਂਡ ਨੈੱਕ ਹੈਗਾ ਅਤੇ ਹੈਗਾ ਜੀ ਬਾਂਹ ਦਾ ਕੰਮ। ਬਿਲਕੁਲ ਤੁਹਾਨੂੰ ਇਸ ਤਰ੍ਹਾਂ ਫੀਲ ਹੋਊਗਾ ਜਿਸ ਤਰ੍ਹਾਂ ਲੇਸ ਲੱਗੀ ਹੁੰਦੀ ਹੈ। ਕੰਮ ਬਿਲਕੁਲ ਬਰੀਕ ਹੈ ਜੀ ਅਤੇ ਸਫਾਈ ਦੇ ਨਾਲ ਕਰਿਆ ਹੋਇਆ ਪੂਰਾ, ਇਹ ਦੇਖ ਸਕਦੇ ਹੋ ਤੁਸੀਂ। ਇਸ ਤਰ੍ਹਾਂ ਦੇ ਇਹਦੇ ਉੱਪਰ ਵਰਕ ਕਰਿਆ ਹੋਇਆ, ਸਲਵਾਰ 'ਤੇ ਕੋਈ ਵਰਕ ਨਹੀਂ ਹੈਗਾ। ਅਤੇ ਇਹ ਹੈਗਾ ਇਹਦੇ ਨਾਲ ਜਨੂਨ ਦਾ ਦੁਪੱਟਾ, ਟਾਈ ਡਾਈ ਆਪਾਂ ਦੁਪੱਟਾ ਰੱਖਿਆ ਹੈਗਾ ਬਲੂ ਅਤੇ ਕਰੀਮ ਪਾ ਕੇ। ਲਓ ਜੀ, ਇਹ ਹੈਗਾ ਪਹਿਲਾ ਸੂਟ। ਇੱਥੇ ਮੈਂ ਤੁਹਾਨੂੰ ਨਹੀਂ ਕਹਿ ਸਕਦੀ ਜੀ ਸੇਮ ਵੀ ਤੁਹਾਨੂੰ ਕਲਰ ਮਿਲ ਜੂਗਾ, ਬਰੀਕ ਪ੍ਰਿੰਟ ਵਾਲੇ ਮਿਲ ਜਾਂਦੇ ਨੇ, ਕਈ ਵਾਰੀ ਨਾ ਕਲਰ ਉਹ ਨਹੀਂ ਹੁੰਦਾ ਨਿਕਲ ਜਾਂਦੇ ਨੇਗੇ। ਜੇ ਹੋਇਆ ਤਾਂ ਮੈਂ ਜ਼ਰੂਰ ਇਹਦੇ ਨਾਲ ਤਾਂ ਬਣਾ ਕੇ ਦੇਵਾਂ, ਜੇ ਨਾ ਮਿਲਿਆ ਜੀ ਫਿਰ ਤੁਹਾਨੂੰ ਕਿਸੇ ਹੋਰ ਕਲਰ 'ਤੇ ਵੀ ਜਾਣਾ ਪਊ, ਪਰ ਬਰੀਕ ਪ੍ਰਿੰਟ ਮਿਲ ਸਕਦਾ, ਕਈ ਵਾਰੀ ਨਾ ਕਲਰ ਮਿਲਦਾ ਨਹੀਂ ਹੁੰਦਾ। ਅਤੇ ਬਹੁਤ ਸੋਹਣੀ ਕੋਟਨ ਹੈ ਇਹ, ਬਹੁਤ ਸੋਹਣਾ ਕੋਟਨ 'ਤੇ ਬਣਿਆ ਹੋਇਆ ਗਾ ਇਹ ਸੂਟ। ਇਹ ਸੂਟ ਆਪਾਂ ਬਣਾਇਆ ਹੋਇਆ, ਪਿੱਛੇ ਕੋਈ ਵੀ ਆਪਾਂ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ, ਕੰਮ ਸਾਡਾ ਹਮੇਸ਼ਾ ਤੁਹਾਨੂੰ ਸਾਫ਼ ਮਿਲੂਗਾ, ਤਸੱਲੀ ਵਾਲਾ ਮਿਲੂਗਾ, ਵਧੀਆ ਕੰਮ ਮਿਲੂਗਾ। ਲਓ ਜੀ, ਇਹ ਹੈਗਾ ਆਪਣਾ ਪਹਿਲਾ ਸੂਟ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆਪਣਾ ਦੂਸਰਾ ਸੂਟ, ਇਹ ਮਸ਼ੀਨ ਵਰਕ ਦਾ ਸੂਟ ਹੈ, ਇਸ ਤਰ੍ਹਾਂ ਦੀ ਪੂਰੀ ਲੁੱਕ ਹੈ ਜੀ। ਲਓ ਜੀ, ਇਹ ਹੈਗਾ ਆਪਣਾ ਦੂਸਰਾ ਸੂਟ, ਇਹ ਆਪਾਂ ਰੈਡੀ ਕਰਿਆ ਹੋਇਆ ਕੀਵੀ ਸਿਲਕ ਅਤੇ ਇਹਦਾ ਘੇਰ ਦਾ ਕੰਮ ਹੈ, ਦੇਖੋ ਤੁਸੀਂ। ਅਤੇ ਇਹ ਸਾਡਾ ਕੰਮ ਦੇਖੋ, ਬਿਲਕੁਲ ਤੁਸੀਂ ਨੇੜੇ ਤੋਂ ਪਰਫੈਕਟ ਤੁਹਾਨੂੰ ਸ਼ੇਡ ਵਰਕ ਮਿਲੂਗਾ, ਇਹ ਦੇਖੋ ਇਸ ਤਰ੍ਹਾਂ ਦਾ ਸ਼ੇਡ। ਇਹਦੇ ਘੇਰੇ ਦੇ ਉੱਪਰ ਚਾਰ ਫੁੱਲ ਨੇ, ਸਲਵਾਰ ਹੈ ਜਿਹੜੀ ਬਿਲਕੁਲ ਪਲੇਨ ਹੈ। ਅਤੇ ਇਹ ਹੈਗਾ ਜੀ ਇਹਦਾ ਨੈੱਕ ਦਾ ਕੰਮ, ਇਹ ਆਪਾਂ ਰੈਡੀ ਕਰਿਆ ਕੀਵੀ ਸਿਲਕ ਅਤੇ ਤੁਹਾਡੀ ਮਰਜ਼ੀ ਹੈ, ਤੁਸੀਂ ਕਿਸੇ ਵੀ ਕੱਪੜੇ 'ਤੇ ਕਰਵਾ ਸਕਦੇ ਹੋਗੇ। ਇਹ ਹੈਗਾ ਜੀ ਇਹਦੀ ਬਾਂਹ ਦਾ ਕੰਮ। ਅਤੇ ਕਲਰ ਵੀ ਤੁਸੀਂ ਕਢਾਈ ਵਾਲੇ ਹੈ ਨਾ ਆਪਣੀ ਪਸੰਦ ਦੇ ਪਵਾ ਸਕਦੇ ਹੋਗੇ, ਜੋ ਕਲਰ ਤੁਹਾਨੂੰ ਪਸੰਦ ਹੈ ਜੀ ਆਪਾਂ ਉਹੀ ਤੁਹਾਨੂੰ ਕਲਰ ਦੇ ਸਕਦੇ ਹਾਂਗੇ ਜੀ। ਮੇਰੇ 'ਚ ਮਜੈਂਟਾ, ਲਾਈਟ ਡਾਰਕ ਫਰੋਜੀ ਪਾਇਆ ਹੋਇਆ, ਬੇਬੀ ਪਿੰਕ ਅਤੇ ਮਜੈਂਟਾ ਪਾਇਆ, ਸ਼ੇਡ ਪਾਇਆ ਹੋਇਆ ਹੈਗਾ, ਜੋ ਤੁਹਾਨੂੰ ਪਸੰਦ ਨੇ ਆਪਾਂ ਉਹ ਪਾ ਕੇ ਤੁਹਾਨੂੰ ਇਹ ਸੂਟ ਬਣਾ ਕੇ ਦੇ ਸਕਦੇ ਹਾਂ। ਅਤੇ ਇਹਦੇ ਨਾਲ ਹੈਗਾ ਜੀ ਦੁਪੱਟਾ ਚਨੂਨ ਦਾ, 3D ਦੁਪੱਟਾ ਹੈਗਾ, ਟਾਈ ਡਾਈ ਦੁਪੱਟਾ ਕਰਿਆ ਆਪਾਂ ਮਜੈਂਟਾ ਅਤੇ ਫਰੋਜੀ ਪਾ ਕੇ, ਅਤੇ ਵਿਚਕਾਰ ਹੈਗਾ ਸੈਂਟਰ ਦੇ ਵਿੱਚ ਸੂਟ ਨਾਲ ਦਾ। ਸਲਵਾਰ ਹੈਗੀ ਆਪਣੀ ਪਲੇਨ, ਜੇ ਤੁਸੀਂ ਕਹੋਗੇ ਸਲਵੇ ਸੇਮ ਬੂਟ ਹੈ ਜਿਹੜਾ ਆਪਾਂ ਸਲਵਾਰ ਤੁਹਾਨੂੰ ਪਾ ਕੇ ਦੇ ਸਕਦੇ ਹਾਂ। ਇਹ ਹੈਗਾ ਇਸ ਤਰ੍ਹਾਂ ਦਾ ਸੂਟ ਸਾਰਾ, ਕੱਪੜੇ 'ਤੇ ਜਿਹੜੇ 'ਤੇ ਤੁਸੀਂ ਕਹੋਗੇ ਜੀ ਉਹਦੇ ਉੱਪਰ ਆਪਾਂ ਤੁਹਾਨੂੰ ਬਣਾ ਕੇ ਦੇ ਸਕਦੇ ਹਾਂ, ਕੋਈ ਚੱਕਰ ਵਾਲੀ ਗੱਲ ਨਹੀਂ। ਜਿਹੜਾ ਕੱਪੜਾ ਤੁਹਾਨੂੰ ਪਸੰਦ ਹੈ ਉਸੇ ਕੱਪੜੇ 'ਤੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ। ਇਹ ਹੈਗਾ ਜੀ ਫਾਈਨਲ। ਅੱਜ ਮੈਂ ਇਸ ਤਰ੍ਹਾਂ ਵੀਡੀਓ ਸ਼ੂਟ ਕਰਦੀ ਹਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇਵੇ, ਹੈ ਨਾ। ਕਈ ਵਾਰ ਤੁਸੀਂ ਕਹਿੰਦੇ ਹੋ ਜੀ ਫੁੱਲ ਪਿੱਕ ਭੇਜੋ, ਫੁੱਲ ਪਿੱਕ ਭੇਜੋ। ਲਓ ਜੀ, ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਂਦੇ ਹਾਂ, ਇਹ ਵੀ ਮਸ਼ੀਨ ਵਰਕ ਦਾ ਸ਼ੇਡ ਵਰਕ ਦਾ ਸੂਟ ਹੈ। ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨੈਕਸਟ ਸੂਟ। ਲਓ ਜੀ, ਇਹ ਹੈਗਾ ਆਪਣਾ ਦੂਸਰਾ ਸੂਟ, ਇਹ ਆਪਾਂ ਰੈਡੀ ਕਰਿਆ ਹੋਇਆ ਜੀ ਕਰੇਵ ਦੇ ਉੱਪਰ, ਅਤੇ ਇਹ ਵੀ ਸਾਰਾ ਮਸ਼ੀਨ ਦਾ ਕੰਮ ਹੈ। ਇਹ ਹੈਗਾ ਇਹਦੇ ਘੇਰ ਦਾ ਕੰਮ, ਅਤੇ ਉੱਪਰ ਨੂੰ ਇਹ ਸੈਂਟਰ ਪੈਨਲ ਜਾਂਦਾ ਹੈਗਾ, ਹੈ ਵਾਈਟ ਦੇ ਵਿੱਚ ਹੈਗਾ,
ਤੇ ਨਾਲ ਕਲਰਫੁਲ ਵੇਲ ਹੈ ਤੇ ਨੈਕ ਦਾ ਕੰਮ ਹੈ ਗਲੇ ਤੇ ਬਣਿਆ ਹੋਇਆ ਗਿਆ ਇਸ ਤਰ੍ਹਾਂ ਤੇ ਸਲਵਾਰ ਨਾਲ ਪਲੇਨ ਹੈ ਸੇਮ ਜਿਹੜਾ ਘੇਰੇ ਦੇ ਉੱਪਰ ਆਪਾਂ ਕੰਮ ਕਰਿਆ ਹੋਇਆ ਉਹੀ ਕੰਮ ਹੈ ਜਿਹੜਾ ਆਪਾਂ ਬਾਂਹ ਦੇ ਉੱਪਰ ਕਰਿਆ ਹੋਇਆ ਤੁਹਾਡੀ ਮਰਜ਼ੀ ਹੈ ਜੇ ਤੁਹਾਨੂੰ ਵਰਕ ਪਸੰਦ ਹੈ ਤੁਸੀਂ ਕਿਸੇ ਵੀ ਫੈਬਰਿਕ 'ਤੇ ਕਰਵਾ ਸਕਦੇ ਹੋਗੇ ਵਰਕ ਦਾ ਕੋਈ ਚੱਕਰ ਨਹੀਂ ਜਿਹੜਾ ਕੱਪੜਾ ਤੁਹਾਨੂੰ ਪਸੰਦ ਹੈ ਉਹਦੇ ਉੱਪਰ ਆਪਾਂ ਤੁਹਾਨੂੰ ਸੇਮ ਕਢਾਈ ਕਰਕੇ ਦੇ ਸਕਦੇ ਹਾਂ ਦੁਪੱਟਾ ਰੱਖਿਆ ਜੀ ਚਨੂਨ ਦਾ ਅਤੇ ਨਾਲ ਇਹਨੂੰ ਆਪਾਂ ਪਿੰਕ ਕਲਰ ਦੀ ਲੇਸ ਦਿੱਤੀ ਹੋਈ ਹੈ ਬਰੀਕ ਅਤੇ ਸਲਵਾਰ 'ਤੇ ਕੋਈ ਵਰਕ ਹੈ ਨਹੀਂ ਗਾ ਇਹ ਹੈਗਾ ਜੀ ਆਪਣਾ ਤੀਸਰਾ ਸੂਟ ਬਹੁਤ ਸੋਹਣਾ ਲੱਗਦਾ ਇਹ ਵੀ ਸੂਟ ਪਹਿਨਿਆ ਹੋਇਆ ਬਹੁਤ ਸੋਹਣਾ ਲੱਗੂ ਤੁਹਾਡੇ ਪਾਇਆ ਹੋਇਆ ਇਸ ਤਰ੍ਹਾਂ ਦਾ ਸੂਟ ਹੈ ਇਹ ਪੂਰਾ ਲਓ ਜੀ ਇਹ ਇਸ ਤਰ੍ਹਾਂ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਲੱਗਦਾ ਪਹਿਨਿਆ ਹੋਇਆ ਤੁਹਾਡੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਵੀਅਰ ਕੀਤਾ ਨਾ ਬਹੁਤ ਸੋਹਣਾ ਲੱਗੂਗਾ ਅਤੇ ਬਾਕੀ ਇਹਦੇ ਵਿੱਚ ਜਿਹੜੀ ਆਪਾਂ ਹੈ ਨਾ ਕਢਾਈ ਕਰੀ ਹੈ ਕਈ ਤਰ੍ਹਾਂ ਨਾਲ ਕਰੀ ਹੋਈ ਹੈ ਲਓ ਜੀ ਜੇ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ੋਟ ਮਾਰ ਸਕਦੇ ਹੋਗੇ ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਨੈਕਸਟ ਸੂਟ ਜੇ ਤੁਹਾਨੂੰ ਪਸੰਦ ਹੈ ਸਕਰੀਨਸ਼ੋਟ ਮਾਰ ਕੇ ਮੈਨੂੰ ਵਟਸਐਪ 'ਤੇ ਤੁਸੀਂ ਔਡਰ ਇਹਦਾ ਦੇ ਸਕਦੇ ਹੋ ਜੇ ਕੋਟਨ 'ਤੇ ਕਰਵਾਉਣਾ ਕੋਟਨ 'ਤੇ ਬਣ ਜੂ ਗਰਮੀ ਵਾਲੀ ਕਿਸੇ ਵੀ ਫੈਬਰਿਕ 'ਤੇ ਕਰਵਾਉਣਾ ਜੀ ਉੱਥੇ ਕਰਕੇ ਦੇ ਸਕਦੇ ਹਾਂ ਮਸਲੀਨ 'ਤੇ ਕਰਵਾਉਣਾ ਜੋਰਜਟ 'ਤੇ ਕਰਵਾਉਣਾ ਸਿਲਕ 'ਤੇ ਕਰਵਾਉਣਾ ਰਾਮਟੈਕਸ ਜਿਹੜੇ ਕੱਪੜੇ 'ਤੇ ਤੁਹਾਨੂੰ ਤੁਸੀਂ ਕਹੋਗੇ ਉਸਦੇ ਆਪਾਂ ਤੁਹਾਨੂੰ ਬਣਾ ਕੇ ਦੇ ਦਾਂਗੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨੈਕਸਟ ਸੂਟ ਲਓ ਜੀ ਇਹ ਹੈਗਾ ਆਪਣਾ ਨੈਕਸਟ ਸੂਟ ਇਹ ਆਪਾਂ ਰਾਮਟੈਕਸ 'ਤੇ ਬਣਾਇਆ ਹੋਇਆ ਹੈਗਾ ਇਹ ਹੈਗਾ ਇਹਦੇ ਘੇਰ ਦਾ ਕੰਮ ਇੱਧਰ ਜਿਹੜੇ ਬੂਟੇ ਨੇ ਕਮਰ 'ਤੇ ਆਉਣਗੇ ਜੇ ਤੁਸੀਂ ਸਲਿਮ ਹੋ ਨਾ ਤੁਹਾਡੇ ਇਹ ਡਿਜ਼ਾਇਨ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਇਹ ਦੀਦੀ ਨੇ ਜਿਹੜੇ ਕਸਟਮਰ ਨੇ ਆਪਣੇ ਥੋੜ੍ਹੇ ਜਿਹੇ ਹੈਵੀ ਨੇ ਤਾਂ ਕਰਕੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਜੇ ਤੁਸੀਂ ਸਲਿਮ ਹੋ ਜੀ ਤੁਹਾਡੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਇਹ ਡਿਜ਼ਾਇਨ ਪਾਇਆ ਹੋਇਆ ਦੇਖੋ ਕਿੰਨਾ ਪਿਆਰਾ ਡਿਜ਼ਾਇਨ ਹੈ ਇਹ ਹੈਗਾ ਜੀ ਇਹਦੀ ਬਾਂਹ ਦਾ ਕੰਮ ਇਹ ਬਾਂਹ 'ਤੇ ਡਿਜ਼ਾਇਨ ਆਊਗਾ ਦੇਖੋ ਕੰਮ ਕਰਿਆ ਹੋਇਆ ਦੇਖੋ ਤੁਸੀਂ ਹੈ ਨਾ ਇਸ ਤਰ੍ਹਾਂ ਫੀਲ ਹੁੰਦਾ ਜਿਸ ਤਰ੍ਹਾਂ ਪੇਂਟ ਕਰਿਆ ਹੁੰਦਾ ਹੈਗਾ ਕੰਮ ਸਾਡਾ ਹਮੇਸ਼ਾ ਤੁਹਾਨੂੰ ਤਸੱਲੀ ਬਖਸ਼ ਮਿਲੂਗਾ ਵਧੀਆ ਕੰਮ ਮਿਲੂਗਾ ਇਸ ਤਰ੍ਹਾਂ ਲੱਗੂ ਤੁਹਾਨੂੰ ਜਿਸ ਤਰ੍ਹਾਂ ਪੇਂਟ ਕਰਿਆ ਹੁੰਦਾ ਅਤੇ ਹੈਗੀ ਹੈ ਜੀ ਸਲਵਾਰ ਨਾਲ ਰਾਮਟੈਕਸ ਦੀ ਕੱਪੜਾ ਇਹ ਰਾਮਟੈਕਸ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ ਹੈ ਨਾ ਅਤੇ ਜਿਹੜਾ ਰਾਮਟੈਕਸ ਦਾ ਕੱਪੜਾ ਜੀ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ ਹੁੰਦਾ ਅਤੇ ਇਹਨੂੰ ਕੋਈ ਵੀ ਲਾਈਨਿੰਗ ਵਗੈਰਾ ਦੀ ਕਾਸੇ ਦੀ ਵੀ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਹੀ ਇਹ ਸਟਿਚ ਕਰਵਾਇਆ ਆਪਾਂ ਨਾਲ ਇਹਦੇ ਦੁਪੱਟਾ ਸਲਵਾਰ ਪਲੇਨ ਹੈ ਚਨੂਨ ਦਾ ਦੁਪੱਟਾ ਰੱਖਿਆ ਆਪਾਂ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ 'ਤੇ ਔਡਰ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਡਿਜ਼ਾਇਨ ਤੁਹਾਨੂੰ ਪਸੰਦ ਆ ਰਹੇ ਨੇ ਜੀ ਬਾਕੀ ਕੱਪੜੇ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਹੈ ਨਾ ਕੋਈ ਵੀ ਜਿਹੜੇ ਇਹ ਮਸ਼ੀਨ ਦੇ ਸੂਟ ਵਿਖਾ ਰਹੀ ਹਾਂ ਜੇ ਮੈਂ ਤੁਹਾਨੂੰ ਜਿੰਨੇ ਵੀ ਸੂਟ ਨੇ ਸਾਰੇ ਮਸ਼ੀਨ ਵਰਕ ਦੇ ਨੇ ਜਿਹੜੇ ਸੂਟ 'ਤੇ ਤੁਹਾਡਾ ਜੀ ਕਰਦਾ ਜੀ ਜਿਹੜੇ ਕੱਪੜੇ 'ਤੇ ਤੁਹਾਡਾ ਜੀ ਕਰਦਾ ਤੁਸੀਂ ਉਸੇ 'ਤੇ ਬਣਾ ਸਕਦੇ ਹੋਗੇ ਤਾਂ ਬਸ ਇਹ ਡਿਜ਼ਾਇਨ ਦਾ ਹੁੰਦਾ ਆਪਣਾ ਮੇਨ ਹੈ ਨਾ ਵੀ ਕਿਹੜਾ ਡਿਜ਼ਾਇਨ ਹੈ ਜੇ ਤੁਸੀਂ ਇਹਨਾਂ ਦੇ ਵਿੱਚ ਕਲਰ ਵੀ ਗੂੜੇ ਫਿੱਕੇ ਕਰਵਾਉਣਾ ਚਾਹੁੰਦੇ ਹੋ ਆਪਣੇ ਹਿਸਾਬ ਦੇ ਨਾਲ ਆਪਾਂ ਉਸ ਤਰ੍ਹਾਂ ਦੇ ਕਲਰ ਤੁਹਾਨੂੰ ਕਰਕੇ ਦੇ ਦਾਂਗੇ ਕੋਈ ਚੱਕਰ ਨਹੀਂ ਹੈਗਾ ਬਸ ਆਪਣੇ ਡਿਜ਼ਾਇਨ ਪਸੰਦ ਆਉਂਦੇ ਹੈ ਨਾ ਵੀ ਜੇ ਉਹ ਡਿਜ਼ਾਇਨ ਪਸੰਦ ਆ ਗਿਆ ਮੇਨ ਗੱਲ ਇਹ ਹੁੰਦੀ ਹੈ ਚਲੋ ਜੀ ਜੇ ਤੁਹਾਨੂੰ ਸੂਟ ਪਸੰਦ ਆਏ ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ ਹੁਣ ਆਪਾਂ ਤੁਹਾਨੂੰ ਨੈਕਸਟ ਸੂਟ ਦਿਖਾਉਂਦੇ ਹਾਂ ਅਗਲੇ ਸੂਟ ਦੀ ਵਾਰੀ ਹੈ ਹੁਣ ਲਓ ਜੀ ਇਹ ਹੈਗਾ ਆਪਣਾ ਨੈਕਸਟ ਸੂਟ ਇਹ ਵੀ ਆਪਾਂ ਕੋਟਨ 'ਤੇ ਰੈਡੀ ਕਰਿਆ ਹੋਇਆ ਹੈਗਾ ਪਰ ਕਈ ਵਾਰ ਸਾਨੂੰ ਲੱਗਦਾ ਵੀ ਜਿਹਦੇ ਥੱਲੇ ਲਾਈਨਿੰਗ ਲਾਉਣੀ ਉਹ ਥੱਲੇ ਅਸੀਂ ਲਾਈਨਿੰਗ ਲਾ ਦਿੰਦੇ ਹਾਂਗੇ ਇਹ ਇਸ ਤਰ੍ਹਾਂ ਇੱਧਰਲੇ ਘੇਰ ਦੇ ਉੱਪਰ ਫੁੱਲ ਹੈ ਇਹ ਵਾਲਾ ਅਤੇ ਇਸ ਤਰ੍ਹਾਂ ਇੱਧਰਲੇ ਘੇਰ ਦੇ ਉੱਪਰ ਫੁੱਲ ਹੈ ਅਤੇ ਇਹ ਵਾਲਾ ਜੀ ਇੱਧਰਲੇ ਘੇਰ ਦੇ ਉੱਪਰ ਫੁੱਲ ਹੈ ਗਲੇ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਅਤੇ ਬਾਂਹ ਦੇ ਉੱਪਰ ਵੀ ਸ਼ੇਡ ਵਾਲਾ ਕੰਮ ਕਰਿਆ ਆਪਾਂ ਛੋਟਾ ਫੁੱਲ ਇੱਕ ਆਪਾਂ ਬਾਂਹ 'ਤੇ ਉੱਪਰ ਦਿੱਤਾ ਹੋਇਆ ਹੈਗਾ ਗਰਮੀਆਂ ਦੇ ਵਿੱਚ ਪਹਿਨਣ ਦੇ ਲਈ ਬਹੁਤ ਜ਼ਿਆਦਾ ਵਧੀਆ ਕੱਪੜੇ ਨੇ ਹੈ ਨਾ ਜਿਸ ਤਰ੍ਹਾਂ ਤੁਸੀਂ ਆਮ ਨੋਰਮਲ ਵੀਅਰ ਕਰਦੇ ਨੇ ਜਿਸ ਤਰ੍ਹਾਂ ਹੁੰਦਾ ਹੈ ਨਾ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਕਿਸੇ ਦੁੱਖ ਸੁੱਖ ਦੇ ਵਿੱਚ ਪਾਉਣ ਜਾਣਾ ਹੈਗਾ ਜਾਂ ਵੈਸੇ ਹੀ ਰਿਸ਼ਤੇਦਾਰੀ 'ਚ ਮਿਲਣ ਜਾਣਾ ਬਾਜ਼ਾਰ ਜਾਣਾ ਇਸ ਤਰ੍ਹਾਂ ਦੇ ਲਈ ਇਹ ਕੱਪੜੇ ਬਹੁਤ ਜ਼ਿਆਦਾ ਵਧੀਆ ਰਹਿੰਦੇ ਨੇ ਬਾਕੀ ਤੁਸੀਂ ਸ਼ੇਡ ਵਰਕ ਦੇਖੋ ਸਾਡਾ ਫੁੱਲ ਦੇਖੋ 3D ਫੁੱਲ ਨੇ ਇਹ ਸਾਰੇ ਅਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਇਹ ਆਪਾਂ ਇਹਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਅਤੇ ਇਹਦੇ ਵਿੱਚੋਂ ਹੈਗੇ ਦੁਪੱਟਾ ਜਿਹੜਾ ਗ੍ਰੀਨ ਹੈ ਅਤੇ ਇਸ ਤਰ੍ਹਾਂ ਲੜਾਂ ਦੇ ਉੱਪਰ ਨਾ ਚਾਰ ਕਲਰ ਪਾਏ ਨੇ ਆਪਾਂ ਦੇਖੋ ਕਿੰਨੇ ਪਿਆਰੇ ਲੱਗਦੇ ਨੇ ਪਿੰਕ ਹੋ ਗਿਆ ਲੈਮਨ ਹੋ ਗਿਆ ਮਜੈਂਟਾ ਹੋ ਗਿਆ ਅਤੇ ਜੈਲੋ ਹੋ ਗਿਆ ਕਿਉਂਕਿ ਇਹ ਚਾਰ ਕਲਰ ਆਪਾਂ ਇਹਦੀ ਕਢਾਈ ਦੇ ਵਿੱਚ ਪਾਏ ਨੇ ਨਾ ਚਾਰੋਂ ਕਲਰ ਫਿਰ ਆਪਾਂ ਸੇਮ ਆਪਾਂ ਇਹ ਦੁਪੱਟੇ ਦੇ ਵਿੱਚ ਪਾਏ ਨੇ ਅਤੇ ਜਿਹੜਾ ਦੁਪੱਟਾ ਜੀ ਇਹਨੂੰ ਕੋਟਨ ਦੀ ਲੇਸ ਦਿੱਤੀ ਹੋਈ ਹੈਗੀ ਪਿੰਕ ਕਲਰ ਦੀ ਅਤੇ ਜਿਹੜਾ ਆਪਣਾ ਗਲਾ ਜੀ ਉਹਨੂੰ ਇਸ ਤਰ੍ਹਾਂ ਬਟਨ ਦਿੱਤੇ ਹੋਏ ਨੇ ਪਾਈਪਿੰਗ ਲਾ ਕੇ
तो जी आप पाइपिंग लाई हुई इस तरह मजेंटा कलर की पाइपिंग दिती हुई है। ठीक है जी, ये हैगा जी अपना नैक्सट सूट। जो थानू डिजाइन पसंद है तुसी स्क्रीनशॉट लेके जी वट्सएप पर मैं ऑर्डर है जरा दे सकते हो। चलो जी अज्ज दी वीडियो विच मैं थानू कई सूट विखाए ने ते मैंने पूरी उम्मीद है थानू वधिया लगे होणगे। ते अज्ज वाले सूट सारे सिलाई करे हुए इस करके मैं इस तरह दिखाते। मैं वीर कहिंदी मम्मा इस तरह दिखाओ भी उन्होंने फोटो क्लिक्स करियां ने डिजाइन दे फोटो लईयां ने आपां इंस्टाग्राम ते अपलोड करांगे। जे तुसी इंस्टाग्राम ते मैनूं नहीं फॉलो कर दो जी तुसी कर लो उत्थे इन्हां दे डिजाइन तुहानूं मिल जाणगे। सारे सूटां दीआं पिक्स असीं उत्थे अपलोड कर देंगे ते तुसी उत्थे फॉलो कर लियो। पर प्लीज़ उत्थों वट्सएप उत्थे मैसेज घट करया करो तुसी इंस्टाग्राम ते वट्सएप ते मैसेज करया करो क्योंकि इन्ना टाइम ही नहीं हुंदा है ना भी सारे पासे आपां रिप्लाई कर सकीए। तो चलो जी आप अज्ज दी वीडियो तां इत्थे ही करदे। मैनूं पूरी उम्मीद है भी साडे डिजाइन तुहानूं वधिया लगे होणे। जे साडे डिजाइन तुहानूं वधिया लगे जी वीडियो नूं लाइक शेयर कमेंट करना बिल्कुल ना भुलना। तो असीं होर किस तरह वधिया बना सकते हैं तुसीं इस बारे भी कमेंट जरूर करियो। चलो जी फिर आप अज्ज दी वीडियो तां इत्थे ही करदे हां ते फिर आप नवीं वीडियो दे नाल मिलदे हां। तद तक दे लई सत श्री अकाल बाय।